ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਡੀ ਤਾਦਾਦ 'ਚ ਉਹ ਆਪਣੇ ਵਰਕਰਾਂ ਦੇ ਨਾਲ ਡੀਸੀ ਦਫ਼ਤਰ ਪਹੁੰਚੇ, ਜਿਸ ਤੋਂ ਬਾਅਦ ਵਰਕਰਾਂ ਨੂੰ ਤਾਂ ਰਾਜ ਹੀ ਰੋਕ ਲਿਆ ਗਿਆ ਅਤੇ ਰਵਨੀਤ ਬਿੱਟੂ ਆਪਣੀ ਮਾਤਾ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਕੁਲਦੀਪ ਵੈਦ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਦੇ ਨਾਲ ਪਹੁੰਚੇ ਅਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਆਪਣੀ ਪੁਸ਼ਤੈਨੀ ਅੰਬੈਸਡਰ ਕਾਰ ਵਿੱਚ ਆਏ ਨੇ ਅਤੇ ਇਸ ਕਾਰ ਦਾ ਸੰਬੰਧ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਨਾਲ ਹੈ। ਇਸ ਮੌਕੇ ਉਹਨਾਂ ਜੰਮ ਕੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਧੇ। ਜਦੋਂ ਇਸ ਕਾਰ 'ਚ ਜਾਂਦੇ ਹਾਂ, ਐਂ ਲੱਗਦਾ ਵੀ ਅੱਜ ਵੀ ਸਰਦਾਰ ਬੇਅੰਤ ਸਿੰਘ ਜੀ ਦਾ ਹੱਥ ਅਤੇ ਉਹ ਆਸ਼ੀਰਵਾਦ ਸਾਡੇ ਨਾਲ ਆ ਅਤੇ ਇਹਦੇ ਵਿੱਚ ਬਹਿ ਕੇ ਇਹ ਵੀ ਭਾਵਨਾ ਆਉਂਦੀ ਆ ਵੀ ਜੇ ਅੱਜ ਅਸੀਂ ਇਲੈਕਸ਼ਨ ਲੜਨ ਚੱਲੇ ਹਾਂ ਅਤੇ ਅਸੀਂ ਵੀ ਜੇ ਸਾਨੂੰ ਵੀ ਲੋੜ ਪਈ ਉਸ ਲੈਵਲ ਤੱਕ ਜਾਣ ਦੀ ਜਿਵੇਂ ਉਹਨਾਂ ਨੇ ਕੁਰਬਾਨੀ ਦਿੱਤੀ ਦੇਸ਼ ਦੇ ਲਈ, ਟੁਕੜੇ ਟੁਕੜੇ ਹੋ ਗਏ ਵੀ ਸਾਨੂੰ ਵੀ ਜੇ ਕਦੇ ਦੇਸ਼ ਦੇ ਸਮਾਜ ਦੇ ਲਈ ਕਦੇ ਆਪਣੀ ਕੁਰਬਾਨੀ ਤੱਕ ਦੇਣੀ ਪਵੇ, ਉਹ ਇਸ ਕਾਰ ਤੋਂ ਨਸੀਹਤ ਮਿਲਦੀ ਆ ਵੀ ਤੁਸੀਂ ਲੋਕਾਂ ਦੀ ਨਿਮ ਕੇ ਲੋਕਾਂ ਦੀ ਪੈਰਾਂ ਦੀ ਧੂੜ ਬਣ ਕੇ ਸੇਵਾ ਕਰਨੀ ਆ। ਇਹ ਚੀਜ਼ਾਂ ਸਾਰੀਆਂ ਇਸ ਕਾਰ 'ਚ ਬਹਿ ਕੇ ਉਹ ਚੀਜ਼ਾਂ ਸਿੱਖਣ ਨੂੰ ਵੀ ਮਿਲਦਾ ਵਿਰਸੇ ਦੀਆਂ ਅਤੇ ਜਿਹੜਾ ਆਸ਼ੀਰਵਾਦ ਆ ਬਜ਼ੁਰਗਾਂ ਦਾ ਉਹ ਵੀ ਮਿਲਦਾ। 5 ਸਾਲ 'ਚ ਸਿਰਫ ਲੋਕਾਂ ਦਾ ਪਿਆਰ ਕਮਾਇਆ, ਜੇ 5 ਸਾਲ ਮੈਂ ਮੈਂਬਰ ਪਾਰਲੀਮੈਂਟ ਰਿਹਾ, ਮੈਂ ਲੋਕਾਂ ਦਾ ਹਮੇਸ਼ਾ ਕਿਸੇ ਦਾ ਮੈਂ ਪੋਤਾ, ਕਿਸੇ ਦਾ ਮੈਂ ਭਰਾ, ਕਿਸੇ ਦਾ ਮੈਂ ਬੱਚਾ ਬਣ ਕੇ ਰਿਹਾ ਅਤੇ ਉਹ ਅੱਜ ਪਿਆਰ ਤੁਸੀਂ ਸੜਕਾਂ 'ਤੇ ਦੇਖਿਆ। ਮੈਂ ਨਹੀਂ ਸਮਝਦਾ ਕਦੇ ਐਡਾ ਬੜਾ ਰੋਡ ਸ਼ੋ ਜਾਂ ਇੰਨੀ ਵੱਡੀ ਗਿਣਤੀ 'ਚ ਕਦੇ ਲੋਕ ਲੁਧਿਆਣੇ 'ਚੋਂ ਨਿਕਲ ਕੇ ਆਏ ਹੁਣ ਇਹ ਤੁਹਾਡੇ ਮੂਹਰੇ ਆ। ਅਤੇ ਜਿਹੜੀ ਤੁਸੀਂ ਗੱਲ ਫੂਲਕਾ ਸਾਹਿਬ ਦੀ ਵੋਟ ਦੀ ਕੀਤੀ ਆ, ਉਹ ਤਾਂ ਜਿਹੜੀਆਂ ਕੌਂਸਲਰ ਦੀਆਂ ਇਲੈਕਸ਼ਨਾਂ ਹੋਈਆਂ ਜਦੋਂ ਉਹ ਵੋਟ ਉਸ ਵੇਲੇ ਆਪਣੀ ਆਪਣੀ ਪਾਰਟੀ 'ਚ ਮੁੜ ਗਈ, ਉਹ ਤੋਂ ਬਾਅਦ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਈ, ਉਹ ਲੋਕ ਸਾਡੇ ਵਿੱਚ ਸਾਡੇ ਨਾਲ ਆ ਗਏ ਜਿਹਨੇ ਅਕਾਲੀ ਦਲ ਨਾਲ ਜਾਣਾ ਸੀ ਅਕਾਲੀ ਦਲ ਨਾਲ ਚਲੇ ਗਏ। ਮੈਂ ਸਮਝਦਾ ਅੱਜ ਪੱਤੇ ਹਰਸਿਮਰਤ ਨੇ ਵੀ ਖੋਲ੍ਹਤੇ ਅਤੇ ਅੱਜ ਪੱਤੇ ਸੁਖਬੀਰ ਸਿੰਘ ਬਾਦਲ ਨੇ ਵੀ ਖੋਲ੍ਹਤੇ। ਮੈਂ ਸਮਝਦਾ ਉਦੋਂ ਬਾਅਦ ਬੈਂਸ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ, ਮੇਰੇ ਸਤਿਕਾਰਯੋਗ ਨੇ ਉਹ ਸ਼ੇਰ ਨੇ, ਉਹਨਾਂ ਨੇ ਕਿਹਾ ਸੀ ਮੈਂ ਗੱਲ ਕਹਿ ਕੇ ਪਿੱਛੇ ਨਹੀਂ ਮੁੜਦਾ। ਅੱਜ ਜ਼ਰੂਰ ਮੈਂ ਉਹਨਾਂ ਨੂੰ ਸਤਿਕਾਰਯੋਗ ਇੱਜ਼ਤ ਨਾਲ ਪੁੱਛਣਾ ਚਾਹੁੰਦਾ ਵੀ ਅੱਜ ਮਨ ਕਿਉਂ ਬਦਲ ਗਿਆ, ਅੱਜ ਕਿਉਂ ਸੁਖਬੀਰ ਬਾਦਲ ਤੋਂ ਡਰ ਕੇ ਅੱਜ ਤੁਸੀਂ ਫਿਰੋਜ਼ਪੁਰ ਜਾਣ ਦੀ ਗੱਲ ਤੋਂ ਪਿੱਛੇ ਹਟ ਗਏ। 15 ਲੱਖ ਰੁਪਈਆ ਜਿਹੜਾ ਉਹ ਉਡੀਕ ਰਹੇ ਆ ਸਾਰੇ ਲੋਕ, ਚਲੋ ਉਹ ਗੱਲ ਨਹੀਂ, ਪਰ ਮੋਦੀ ਸਾਹਿਬ ਜਿਹੜਾ ਸਾਰਾ ਦਿਨ ਚੈਨਲਾਂ 'ਤੇ ਬੋਲਦੇ ਆ, ਤੁਸੀਂ ਕਹਿ ਦਿਓ ਵੀ ਉਹਨਾਂ ਨੂੰ ਬੰਦ ਕਰਾ ਦਿਓ, ਉਹ ਕਾਹਦੇ ਲਈ ਦੱਸਦੇ ਆ ਰੋਜ਼ ਪ੍ਰਾਪਤੀਆਂ ਵੀ ਅਸੀਂ ਸਰਕਾਰ 'ਚ ਆਹ ਕੀਤਾ। ਉੱਥੇ ਹੀ ਰਵਨੀਤ ਬਿੱਟੂ ਦੇ ਨਾਮਜ਼ਦਗੀ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਪਹੁੰਚੇ ਹੋਏ ਸਨ। ਇੱਕ ਪਾਸੇ ਆਸ਼ਾ ਕੁਮਾਰੀ ਨੇ ਕਿਹਾ ਕਿ ਉਹ ਵਿਕਾਸ ਦੇ ਨਾਂ 'ਤੇ ਲੋਕਾਂ ਵਿੱਚ ਵਿਚਰ ਰਹੇ ਨੇ, ਨਾਲ ਹੀ ਉਹਨਾਂ ਕਿਹਾ ਕਿ ਬਠਿੰਡਾ ਜਾਣ ਕਰਕੇ ਮੁੱਖ ਮੰਤਰੀ ਪੰਜਾਬ ਲੁਧਿਆਣਾ ਨਹੀਂ ਪਹੁੰਚ ਸਕੇ। ਆਸ਼ਾ ਕੁਮਾਰੀ ਨੇ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਬਜ਼ਾ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣਗੇ। ਅਕਾਲੀ ਦਲ ਦੇ ਉਮੀਦਵਾਰ ਰਮੇਸ਼ਇੰਦਰ ਗਰੇਵਾਲ ਬਾਰੇ ਬੋਲਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ 23 ਮਈ ਨੂੰ ਜੋ ਨਤੀਜੇ ਆਉਣਗੇ ਉਹਨਾਂ ਤੋਂ ਸਾਫ਼ ਹੋ ਜਾਵੇਗਾ ਕਿ ਆਖਿਰਕਾਰ ਕੌਣ ਲੁਧਿਆਣਾ ਦੀ ਸੀਟ 'ਤੇ ਬਾਜ਼ੀ ਮਾਰਦਾ ਹੈ। ਜੋ ਹਮਾਰਾ ਲੁਧਿਆਣਾ ਸੰਸਦੀ ਖੇਤਰ ਹੈ, ਲੋਕ ਬਾਹਰ ਨਿਕਲ ਕੇ ਆਏ ਆਸ਼ੀਰਵਾਦ ਦੇਣ ਕੇ ਲਈ ਆਪਣੇ ਬੇਟੇ ਕੋ, ਆਪਣੇ ਭਾਈ ਕੋ, ਵੋ ਮੈਂ ਸਮਝਤੀ ਹੂੰ ਕਿ ਇਤਿਹਾਸਿਕ ਹੈ। ਔਰ ਰਵਨੀਤ ਸਿੰਘ ਬਿੱਟੂ ਜੀ ਕੀ ਤੀਸਰੀ ਵਾਰ ਸੰਸਦ ਬਣਨੇ ਮੈਂ ਇਹ ਇੱਕ ਸੰਕੇਤ ਹੈ ਕਿ ਉਹ ਇਤਿਹਾਸਿਕ ਵੋਟੋਂ ਸੇ ਯਹਾਂ ਸੇ ਜੀਤੇਂਗੇ। ਤੋ ਯਾਨੀ ਪੰਜਾਬ ਮੇਂ ਕੋਈ ਬੜੀ ਰੈਲੀ ਵੀ ਹੋ ਗਈ ਹੈ, ਰਾਹੁਲ ਜੀ ਜਾਂ ਪ੍ਰਿੰਕਾ ਜੀ ਦਾ ਕੋਈ ਪ੍ਰਕਾਰ ਦਾ ਹੋਗਾ? ਭਰੋਸਾ ਹੈ ਆਪਕਾ? 1 ਮਿੰਟ, ਪੰਜਾਬ ਮੇਂ ਰਾਹੁਲ ਜੀ ਕਾ ਜਾਂ ਪ੍ਰਿੰਕਾ ਜੀ ਕਾ ਕਾਰਜਕ੍ਰਮ ਹੋਗਾ ਜੀ? ਨਿਸ਼ਚਿਤ ਤੌਰ ਤੇ ਹਮਾਰੇ ਸ਼ੀਰਸ਼ ਨੇਤ੍ਰਿਤਵ ਕਾ ਯਹਾਂ ਪੇ ਕਾਰਜਕ੍ਰਮ ਪੰਜਾਬ ਮੇਂ ਹੋਗਾ। ਅਭੀ ਕਿਉਂਕਿ ਹਮ ਆਖਰੀ ਫੇਜ਼ ਮੇਂ ਹੈ, ਪੰਜਾਬ ਜੋ ਹੈ ਆਖਰੀ ਫੇਜ਼ ਮੇਂ ਹੈ, ਤੋ ਆਖਰੀ ਫੇਜ਼ ਕੇ ਲੀਏ ਜੋ ਰਾਸ਼ਟਰੀ ਨੇਤ੍ਰਿਤਵ ਕਾ ਕਾਰਜਕ੍ਰਮ ਹੈ ਵੋ ਉਸੀ ਹਿਸਾਬ ਸੇ ਬਨੇਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।